ਗਲਿਓਕੇ ਦੀ ਕਰਨ ਜਾ ਰਹੇ ਆ ਤੇ ਇਥੇ ਬਹੁਤ ਵੱਡਾ ਸਵਾਲ ਜਿਹੜਾ ਸਪਾਊਸ ਵੀਜ਼ਾ ਨੂੰ ਲੈ ਕੇ ਵੀ ਬਣਿਆ ਹੋਇਆ ਹੈ ਗੱਲਾਂ ਜੇ ਆਪਾਂ ਉਹਨਾਂ ਬਾਰੇ ਜ਼ਰੂਰ ਕਰਾਂਗੇ ਬੈਚਲਰਸ ਤੋਂ ਬਾਅਦ ਮਾਸਟਰਸ ਦੇ ਅਜਿਹੇ ਕਿਹੜੇ ਪ੍ਰੋਗਰਾਮਸ ਨੇ ਜਿੱਥੇ ਤੁਸੀਂ ਜਾ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਅਗੋ ਸਪਾਊਸ ਵੀਜ਼ਾ ਲਈ ਵੀ ਨਾਲ ਅਪਲਾਈ ਕਰ ਸਕਦੇ ਹੋ ਸੋ ਬਹੁਤ ਧਿਆਨ ਨਾਲ ਅੱਜ ਦੀ ਇਨਫੋਰਮੇਸ਼ਨ ਸੁਣਨ ਵਾਲੀ ਹੈ ਤਾਂ ਕਿ ਸਟੂਡੈਂਟ ਜਿਹੜੇ ਮਨ ਵਿੱਚ ਇਹ ਧਾਰਨਾ ਬਣਾ ਚੁੱਕੇ ਨੇ ਕਿ ਯੂਕੇ ਹੈ ਜੀ ਸਪਾਊਸ ਵੀਜ਼ਾ ਬੰਦ ਹੈ ਸੋ ਇਸ ਨੂੰ ਸਹੀ ਢੰਗ ਦੇ ਨਾਲ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰੋ ਕਿ ਕੌਣ ਹਲੇ ਵੀ ਜੋ ਹੈ ਚੰਗੇ ਫੈਸਿਲਿਟੀਆਂ ਦਾ ਫਾਇਦਾ ਲੈ ਸਕਦਾ ਸਪੈਸ਼ਲੀ ਆਪਾਂ ਜਦ ਗੱਲ ਸਪਾਊਸ ਵੀਜ਼ਾ ਦੀ ਵੀ ਕਰ ਰਹੇ ਹਾਂ ਰਿਸਰਚ ਪ੍ਰੋਗਰਾਮਸ ਦੀ ਗੱਲ ਕਰਦਿਆਂ ਕੌਣ ਕੌਣ ਕਿਹੜੇ ਪ੍ਰੋਗਰਾਮ ਲਈ ਐਲੀਜੀਬਲ ਹੈ ਡਿਟੇਲ ਵਿੱਚ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਤੇ ਅੱਜ ਯੂਕੇ ਨੂੰ ਲੈ ਕੇ ਇਹ ਖਾਸ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ ਨੈਵੀਗੇਟਰਸ ਓਵਰਸੀਸ ਸੋ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸ਼ਸ਼ਰੇਕਾਲ ਨਮਸਕਾਰ ਸਾਰਿਆਂ ਨੂੰ ਜੀ ਮੈਮ ਸੋ ਗੱਲ 스파우스 ਵੀਜ਼ਾ ਦੀ ਜਦੋਂ ਆਂਦੀ ਹੈ ਯੂਕੇ ਤੋਂ 스파우스 ਵੀਜ਼ਾ ਦਾ ਨਾਮ ਹਟਦਾ ਹੈ ਤਾਂ ਸਟੂਡੈਂਟ ਦੇ ਮਨ ਵਿੱਚ ਮਾਇੂਸੀ ਆਂਦੀ ਹੈ ਪਰ ਜੋ ਮੈਂ ਇਸ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਤੁਸੀਂ ਦੱਸਿਆ ਕਿ 스파우스 ਵੀਜ਼ਾ ਬੰਦ ਨਹੀਂ ਹੋਇਆ ਹੈ ਕਿਵੇਂ ਕੌਣ ਸਟੂਡੈਂਟ ਅਪਲਾਈ ਕਰਕੇ ਹਲੇ ਵੀ 스파우스 ਵੀਜ਼ਾ ਲਈ ਵੀ ਨਾਲ ਅਪਲਾਈ ਕਰਵਾ ਸਕਦਾ ਹੈ ਔਰ ਕਿਸ ਤਰ੍ਹਾਂ ਦੇ ਰਿਸਰਚ ਦੇ ਪ੍ਰੋਗਰਾਮਸ ਨੇ ਕਿਹੜਾ ਸਟੂਡੈਂਟ ਐਲੀਜੀਬਲ ਹੈ ਕਿਵੇਂ ਅਪਲਾਈ ਕੀਤਾ ਜਾ ਸਕਦਾ ਹੈ ਇਹ ਬਹੁਤ ਅੱਛਾ ਤੁਸੀਂ ਕੁਐਸਚਨ ਪੁੱਛਿਆ ਕਿ ਬੱਚੇ ਬੜੇ ਨਿਰਾਸ਼ ਹੈ ਕਿ ਯੂਕੇ ਸਪਾਊਸ ਵੀਜ਼ਾ ਬੰਦ ਹੋ ਗਿਆ ਹੈ ਰਾਈਟ 1 ਜਨਵਰੀ ਤੋਂ ਜਿਹੜਾ ਸਪਾਊਸ ਨਾਲ ਨਹੀਂ ਜਾ ਸਕਦਾ ਉਹਦੇ ਚੱਕਰ 'ਚ ਕਾਫੀ ਸਾਰੀਆਂ ਯੂਨੀਵਰਸਿਟੀਆਂ ਦਾ ਕੁਛ ਤਾਂ ਜੇ ਨਵੰਬਰ ਇਨਟੇਕ ਚੱਲ ਰਿਹਾ ਹੈ ਕਿ ਜਿਹੜਾ ਇਸ ਸਾਲ ਜਿੰਨੇ ਬੱਚੇ ਜਾਣਾ ਚਾਹੁੰਦੇ ਉਹ ਜਾ ਸਕਣ ਲੇਕਿਨ ਮੈਂ ਤੁਹਾਨੂੰ ਦੱਸੂਗੀ ਕਿ ਸਪਾਊਸ ਵਾਲੇ ਜਿਹੜੇ ਹੈ ਮੈਰਿਡ ਹੈ ਉਹ ਮੈਚਿਊਰਡ ਸਟੂਡੈਂਟ ਹੁੰਦਾ ਤੇ ਉਹਨਾਂ ਨੂੰ ਕੋਈ ਡਰਨ ਦੀ ਲੋੜ ਨਹੀਂ ਹੈ ਕੋਈ ਇੰਨਾ ਉਹ ਵੀ ਨਹੀਂ ਹੋ ਗਿਆ ਕਿ ਸਪਾਊਸ ਵੀਜ਼ਾ ਬੰਦ ਹੋ ਗਿਆ ਚੋਣ ਤੁਸੀਂ ਠੀਕ ਤਰ੍ਹਾਂ ਕਰਨੀ ਹੈ ਪ੍ਰੋਗਰਾਮ ਦੀ ਚੋਣ ਠੀਕ ਕਰਨੀ ਹੈ ਕਿ ਕਿਹੜੇ ਪ੍ਰੋਗਰਾਮ ਚ ਸਪਾਊਸ ਨਾਲ ਜਾ ਸਕਦਾ ਹੈ ਰਾਈਟ ਹੁ ਅੱਜ ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਵਾਲੇ ਮੇਰੇ ਆਫਿਸ ਚ ਬੈਠੇ ਸੀਗੇ ਟ੍ਰੇਨਿੰਗ ਚੱਲ ਰਹੀ ਸੀਗੀ ਤੇ ਉਸ ਟ੍ਰੇਨਿੰਗ ਚ ਇੱਕਦਮ ਯਾਦ ਆਇਆ ਸਾਨੂੰ ਕਿ ਹਾਂ ਇਹਨਾਂ ਦੇ ਕੋਲ ਮਾਸਟਰ ਬਾਈ ਰਿਸਰਚ ਇੱਕ ਪ੍ਰੋਗਰਾਮ ਹੈ ਅੱਛਾ ਮਾਸਟਰ ਬਾਈ ਰਿਸਰਚ ਦੇ ਵਿੱਚ ਜਿਹੜਾ 1 ਇਅਰ ਦਾ ਪ੍ਰੋਗਰਾਮ ਹੈ ਔਰ ਸਪਾਉਸ ਜਿਹੜਾ ਹੈ ਹਸਬੰਡ ਵਾਈਫ ਇਕੱਠੇ ਜਾ ਸਕਦੇ ਆ ਬੱਚੇ ਜਾ ਸਕਦੇ ਫੈਮਿਲੀ ਜਾ ਸਕਦੀ ਹੈ ਪ੍ਰੋਗਰਾਮ ਕਾਸਟ ਉਹੀ 15-16 ਲੱਖ ਰੁਪਏ ਹੁੰਦੀ ਹੈ ਰਿਕੁਆਇਰਮੈਂਟ ਆਇਲਸ ਰਿਕੁਆਇਰਮੈਂਟ ਵੀ ਸੇਮ ਹੀ ਹੈ 6.5 ਨਾਟ ਲੈਸ ਥੈਨ 5.5 ਠੀਕ ਹੈ ਹੁਣ ਉਹਦੇ ਵਿੱਚ ਚੇਂਜ ਕੀ ਹੈ ਕਿ ਮਾਸਟਰ ਬਾਏ ਰਿਸਰਚ ਦਾ ਮਤਲਬ ਹੈ ਜਿੱਦਾਂ ਸਮਝੋ ਬੱਚੇ ਨੇ ਮਾਸਟਰ ਕੀਤੀ ਹੋਈ ਹੈ ਪਹਿਲੇ ਤਾਂ ਦੂਜੇ ਪ੍ਰੋਗਰਾਮ ਵਾਸਤੇ ਉਹ ਓਵਰ ਕੁਆਲੀਫਾਈਡ ਹੁੰਦਾ ਸੀਗਾ ਕਈ ਵਾਰੀ ਬੱਚੇ ਝਪਾ ਲੈਂਦੇ ਆ ਤੇ ਉਹ ਗਲਤ ਹੋ ਜਾਂਦਾ ਹੈ ਅੰਬੈਸਡਰੀ ਦੇ ਪੁਆਇੰਟ ਆਫ View ਨਾਲ ਤੇ ਜਿਨ੍ਹਾਂ ਨੇ ਮਾਸਟਰ ਆਲਰੇਡੀ ਕੀਤੀ ਹੈ ਉਹਨਾਂ ਦੇ ਵਾਸਤੇ ਤੇ ਸੁਨਹਿਰੀ ਮੌਕਾ ਕਿ ਮਾਸਟਰ ਆਲਰੇਡੀ ਕੀਤੀ ਹੈ ਤਾਂ ਮਾਸਟਰ ਬਾਈ ਰਿਸਰਚ ਮੀਨਸ ਉਹਦੇ ਵਿੱਚ ਅੱਗੇ ਇਜ਼ਾਫਾ ਕਰ ਰਿਹਾ ਉਹਦੇ ਵਿੱਚ ਅੱਗੇ ਇੱਕ ਉਹਨਾਂ ਦੇ ਐਡ-ਆਨ ਜਿਹੜੀ ਕੁਆਲੀਫਿਕੇਸ਼ਨ ਉਹਨਾਂ ਦੀ ਹੋ ਰਹੀ ਹੈ ਤੇ ਇਹ ਮਾਸਟਰ ਬਾਈ ਰਿਸਰਚ ਵਿੱਚ ਜਿਹੜੇ ਹੈ ਸਪਾਊਸ ਵੀਜ਼ਾ ਵਿੱਚ ਜਾ ਸਕਦੇ ਹੋ 1 ਇਅਰ ਦਾ ਪ੍ਰੋਗਰਾਮ ਹੈ ਆਇਲਸ ਰਿਕੁਆਇਰਮੈਂਟ 6.5 नॉट लेस देन 5.5 ਐਂਡ ਮਤਲਬ ਇਹਦੇ ਵਿੱਚ ਫੈਮਿਲੀ ਤੁਹਾਡੇ ਇਕੱਠੇ ਜਾ ਸਕਦੀ ਹੈ ਫੀਸ ਵੀ ਨਾਰਮਲ ਫੀਸ ਹੈ ਹਾਂ ਅਗਰ ਗ੍ਰੈਜੂਏਟ ਹੈ ਸਟੂਡੈਂਟ ਜੀ ਤੇ ਜੇ ਉਹਦੇ ਕੋਲ 3-4 ਸਾਲ ਦਾ ਐਕਸਪੀਰੀਅੰਸ ਹੈ ਉਹ ਵੀ ਇਸ ਪ੍ਰੋਗਰਾਮ ਨੂੰ ਲੈ ਸਕਦੇ ਆ ਮੰਨ ਲਓ ਬੱਚੇ ਨੇ ਕੋਈ ਸਾਇੰਸ ਦੇ ਵਿੱਚ ਹੈ ਕੋਈ ਨਾਨ ਮੈਡੀਕਲ ਦਾ ਬੱਚਾ ਹੈ ਬੀਐਸਸੀ ਕੀਤੀ ਹੋਈ ਹੈ ਬੀਟੈਕ ਕੀਤੀ ਹੋਈ ਹੈ आईटी ਦੇ ਵਿੱਚ BCA ਕੀਤੀ ਹੋਈ ਹੈ BSc ਕੀਤੀ ਹੋਈ ਹੈ PE डिप्लोमा ਕੀਤਾ ਹੋਇਆ ਮਾਸਟਰਸ ਕੀਤੀ ਹੋਈ ਹੈ ਇਦਾਂ ਦੇ ਸਾਰੇ ਬੱਚੇ ਇਸ ਪ੍ਰੋਗਰਾਮ ਵਾਸਤੇ ਐਲੀਜੀਬਲ ਹੈ ਠੀਕ ਹੈ ਬਿਲਕੁਲ ਸੋ ਮੈਮ ਆਪਾਂ ਮਾਸਟਰਸ ਬਾਈ ਰਿਸਰਚ ਦੀ ਜਦ ਗੱਲ ਕਰ ਰਹੇ ਹਾਂ ਤਾਂ ਕਿਹੜੀ ਕਿਹੜੀ ਫੀਲਡ ਲਈ ਇਹਦੇ ਵਿੱਚ ਆਪਾਂ ਅچھے ਪ੍ਰੋਗਰਾਮਸ ਦੀ ਦੇਖ ਪਾ ਰਹੇ ਹਾਂ ਜਨ ਵਾਸਤੇ ਮਾਸਟਰਸ ਵੀ ਅਵੇਲੇਬਲ ਹੈ ਮਾਸਟਰਸ ਬਾਈ ਰਿਸਰਚ ਵੀ ਅਵੇਲੇਬਲ ਹੈ ਔਰ ਪ੍ਰੋਗਰਾਮ ਮਾਸਟਰ ਬਾਈ ਰਿਸਰਚ ਤਾਂ ਇੱਕੋ ਹੀ ਪ੍ਰੋਗਰਾਮ ਹੁੰਦਾ ਹੈ ਦੇ ਵਿੱਚ ਰਿਸਰਚ ਕਰਨੀ ਹੈ ਸਪੈਸੀਫਿਕ ਪ੍ਰੋਗਰਾਮ ਹੁੰਦਾ ਠੀਕ ਹੈ ਜਿਹੜੇ ਮਾਸਟਰਸ ਹੈ ਉਹ ਬਹੁਤ ਅੱਛੀ ਹੈ ਜਿਹਦੇ ਵਿੱਚ ਤੁਹਾਡਾ ਰਿਲੇਟਡ ਟੂ ਬਿਲਡਿੰਗ ਹੋ ਗਿਆ ਕੰਸਟਰਕਸ਼ਨ ਦੇ ਰਿਲੇਟਡ ਟੂ ਤੁਹਾਡਾ ਗ੍ਰਾਫਿਕ ਡਿਜ਼ਾਈਨਰ ਹੋ ਗਿਆ ਥੈਨ ਤੁਹਾਡੇ ਮਾਸਟਰ ਇਨ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਹੈ ਆਈਟੀ ਦੇ ਪ੍ਰੋਗਰਾਮਸ ਹੈ ਤੇ ਜ਼ਿਆਦਾਤਰ ਪ੍ਰੋਗਰਾਮ ਇਹ ਸਾਰੇ ਕਵਰ ਹੋ ਰਹੇ ਆ ਸਟੂਡੈਂਟ ਕੋਈ ਜਨ ਇਨਟੇਕ ਹਜੇ ਓਪਨ ਹੈ ਯੂਕੇ ਦਾ ਆਇਲਸ ਰਿਕੁਆਇਰਮੈਂਟ ਸਾਰਿਆਂ ਦੀ ਜਿਹੜੀ ਮਾਸਟਰਸ ਵਾਸਤੇ ਕਿਸੇ ਯੂਨੀਵਰਸਿਟੀ ਦੀ 6 ਬੈਂਡ ਨੋਟ ਲੈਸ ਦੈਨ 5.5 ਕਿਸੇ ਦੀ 6.5 ਨੋਟ ਲੈਸ ਦੈਨ 5.5 ਬੈਂਡ ਇਹ ਜਨਰਲ ਰਿਕੁਆਇਰਮੈਂਟ ਹੈ ਔਰ ਤੁਸੀਂ ਇਹ ਦੇਖੋ ਕਿ ਜਹ ਬੱਚੇ ਨੇ CBSE ਤੋਂ ਪੜੇ ਹੋਏ ਆ ਔਰ CBSE ਦਾ ਬੱਚੇ ਦੀ ਜਹ 70% ਉਹਨਾਂ ਦੀ ਇੰਗਲਿਸ਼ ਦੇ ਵਿੱਚ ਪਰਸੈਂਟੇਜ ਹੈ ਤੇ ਉਹ ਸਾਰੇ ਹੀ ਬੱਚੇ ਇਸ ਪ੍ਰੋਗਰਾਮ ਚ ਜਿਹੜੇ ਪਲੱਸ 2 ਵਾਲੇ ਬੱਚੇ ਆ ਉਹਨਾਂ ਦੇ ਵਾਸਤੇ ਯੂਕੇ ਦੇ ਵਿੱਚ ਜਿਹੜਾ ਹਾਇਲਟਸ ਦੀ ਵੇਵਰ ਹੁੰਦੀ ਹੈ ਕਿਸ ਟਾਈਮ ਚ ਬੱਚੇ ਨੇ 70% ਇੰਗਲਿਸ਼ ਸਬਜੈਕਟਸ ਲਏ ਹੋਏ ਹੈ ਓਵਰ ਆਲ 60 ਜਾਂ 65% ਹੈ। ਜੀ ਕਾਫੀ ਸਾਰੀਆਂ ਯੂਨੀਵਰਸਿਟੀਆਂ ਮਾਸਟਰਸ ਦੇ ਵਾਸਤੇ ਐਮਓਆਈ ਮੀਡੀਅਮ ਆਫ ਇੰਸਟ੍ਰਕਸ਼ਨ ਇੰਗਲਿਸ਼ ਦੇ ਵਿੱਚ ਵੀ ਲੈਂਦੇ ਆ। ਔਰ ਤੁਹਾਨੂੰ ਇੱਕ ਚੀਜ਼ ਦੱਸੂਗੀ ਕੁਝ ਯੂਨੀਵਰਸਿਟੀਆਂ ਈਵਨ ਯੂਨੀਵਰਸਿਟੀ ਆਫ ਵੈਸਟ ਇੰਗਲੈਂਡ ਦਾ ਵੀ ਕਿ ਜੇ ਪੀਟੀ ਦੇ ਵਿੱਚ 51 ਈਚ ਹੈ ਉਹ ਹੋਰ ਇੱਕ ਦੋ ਐਸਐਕਸ ਸੀਗੀ ਕਿਹੜੀ ਮੈਂ ਦੇਖਣੀ ਪੈਗੀ ਉਹ ਨਹੀਂ ਤੇ ਬੱਚੇ ਨਿਰਾਸ਼ ਹੁੰਦੇ ਆ 51 ਈਚ ਵਿੱਚ ਵੀ ਐਕਸੈਪਟ ਕਰ ਰਹੇ ਆ ਤੇ ਉਹ ਵੀ ਇੱਕ ਚੀਜ਼ ਹੈ ਕਿਉਂਕਿ 51 52 ਤੇ ਅਸੀਂ ਕਈ ਵਾਰੀ ਮਨਾ ਕਰ ਦਿੰਦੇ ਆ ਹੋਰ ਕੰਟਰੀਆਂ ਵਾਸਤੇ ਤੇ ਯੂਕੇ ਤੁਹਾਨੂੰ ਇਹਦੇ ਵਿੱਚ ਐਕਸੈਪਟ ਕਰ ਰਹੇ ਆ ਜੀ ਬਿਲਕੁਲ ਸੋ ਇਹਨਾ ਤੁਸੀਂ ਪ੍ਰੋਗਰਾਮਸ ਦਾ ਫਾਇਦਾ ਜ਼ਰੂਰ ਲੈ ਸਕਦੇ ਹੋ ਚਾਹੇ ਆਪਾਂ ਮਾਸਟਰਸ ਦੀ ਗੱਲ ਕਰ ਰਹੇ ਹਾਂ ਮਾਸਟਰਸ ਬਾਏ ਰਿਸਰਚ ਦੀ ਗੱਲ ਕਰ ਰਹੇ ਹਾਂ ਜਿਸ ਵਿੱਚ 스파우스 ਵੀਜ਼ਾ ਲਈ ਵੀ ਨਾਲ ਅਪਲਾਈ ਕੀਤਾ ਜਾ ਸਕਦਾ ਸੋ ਬਹੁਤ ਸਾਰੇ ਸਵਾਲ ਐਕਸੈਸ ਸਟੂਡੈਂਟਸ ਦੇ ਰਹਿੰਦੇ ਹੁਣਾਂ ਸਵਾਲਾਂ ਵਿੱਚ ਇੱਕ ਸਵਾਲ ਸੀ 스파우스 ਵੀਜ਼ਾ ਨੂੰ ਲੈ ਕੇ ਆਈ ਹੋਪ ਅੱਜ ਦੀ ਵੀਡੀਓ ਤੋਂ ਤੁਹਾਨੂੰ ਪੂਰੀ ਕਲੈਰਿਟੀ ਜ਼ਰੂਰ ਹੋ ਚੁੱਕੀ ਹੋਏਗੀ ਔਰ ਕਈ ਜਿਹੜੇ ਲਗਾਤਾਰ ਚਾਹੁੰਦੇ ਸੀ ਕਿ ਅਸੀਂ ਮਾਸਟਰਸ ਕੀਤੀ ਹੋਈ ਬੈਚਲਰਸ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਸਾਨੂੰ ਕੋਈ ਅਜਿਹਾ ਪ੍ਰੋਗਰਾਮ ਦੱਸੋ ਜਿਸ ਵਿੱਚ ਅਸੀਂ 스파우스 ਨੂੰ ਨਾਲ ਲੈ ਕੇ ਜਾ ਸਕੀ ਤਾਂ ਤੁਹਾਨੂੰ ਜ਼ਰੂਰ ਇੱਕ ਸਹੀ ਰਸਤਾ ਦਿਗਿਆ ਤੁਸੀਂ ਸੋਚ ਰਹੇ ਹੋ ਅੱਗੋ ਅਪਲਾਈ ਕਰਨਾ ਇਸ ਪ੍ਰੋਗਰਾਮ ਦੇ ਲਈ ਤਾਂ ਜ਼ਰੂਰ ਜਿਹੜਾ ਨੰਬਰ ਹੈ ਇਸ ਦੇ ਉੱਪਰ ਵੀ ਕਾਲ ਕਰ ਸਕਦੇ ਹੋ ਨੈਵੀਗੇਟਰਸ ਓਵਰ ਸੀਜ਼ ਦੇ ਆਫਿਸ ਵੀ ਆ ਸਕਦੇ ਹੋ ਤਾਂ ਕਿ ਡਿਟੇਲ ਵਿੱਚ ਤੁਸੀਂ ਜ਼ਰੂਰ ਦੱਸੋ ਮਾਸਟਰਸ ਤੋਂ ਬਾਅਦ ਅਗਰ ਕੋ ਵਿੱਚ ਸਮਾਂ ਕੋਈ ਗੈਪ ਪਿਆ ਹੈ ਤੁਸੀਂ ਇਸ ਦੌਰਾਨ ਕੀ ਕਰਦੇ ਰਹੇ ਹੋ ਤੁਸੀਂ ਉਸ ਨੂੰ ਜਸਟੀਫਾਈ ਕਰ ਪਾਉਂਦੇ ਹੋ ਸਾਰੀ ਚੀਜ਼ਾਂ ਦੇਖਣ ਤੋਂ ਬਾਅਦ ਸੋਚਣ ਤੋਂ ਬਾਅਦ ਸਮਝਣ ਤੋਂ ਬਾਅਦ ਇੱਕ ਸਹੀ ਡਿਸੀਜਨ ਦੇ ਨਾਲ ਤੁਸੀਂ ਅੱਗੇ ਵਧੋ ਤਾਂ ਮੈਮ ਤੁਹਾਡਾ ਬਹੁਤ ਬਹੁਤ ਥੈਂਕਸ ਤੁਸੀਂ ਅੱਜ ਜਿਹੜਾ ਬਹੁਤ ਲੰਮੇ ਸਮੇਂ ਤੋਂ ਸਟੂਡੈਂਟਸ ਦਾ ਇੱਕ ਸਵਾਲ ਸੀ ਉਸ ਦੇ ਉੱਪ ਇਨਫੋਰਮੇਸ਼ਨ ਅੱਜ ਜੋ ਹੈ ਸ਼ੇਅਰ ਕੀਤੀ ਹੈ ਸਟੂਡੈਂਟਸ ਦੇ ਨਾਲ ਤੇ ਹੋਰ ਵੀ ਸਵਾਲ ਹੋਣ ਕੋਈ ਸਟੂਡੈਂਟਸ ਦੇ ਤਾਂ ਤੁਸੀਂ ਸਾਡੇ ਨਾਲ ਜ਼ਰੂਰ ਕਮੈਂਟ ਸੈਕਸ਼ਨ ਦੇ ਜ਼ਰੀਏ ਵੀ ਸਾਂਝਾ ਕਰ ਸਕਦੇ ਹੋ ਬਾਕੀ ਅੱਗੋਂ ਵੀ ਅਸੀਂ ਤੁਹਾਡੇ ਲਈ ਹੋਰ ਇਨਫੋਰਮੇਟਿਵ ਵੀਡੀਓਸ ਲੈ ਕੇ ਆਉਂਦੇ ਹੀ ਰਵਾਂਗੇ ਅੱਜ ਲਈ ਸਾਨੂੰ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ ਥੈਂਕ ਯੂ